ਕਿਉਂ ਫਰੀਦਕੋਟ ਦੇ ਲੋਕਾਂ ਨੇ ਤੁਹਾਨੂੰ ਓਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਉਹਨਾਂ ਨੂੰ ਪਿਆਰ ਦੇ ਰਹੇ ਸੀ? ਕਿਸਾਨ ਜਥੇਬੰਦੀਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪਾੜੇ ਪੈਣ, ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕ ਲੜਨ। ਫਿਊਚਰ ਦਾ ਮੈਂ ਬੜਾ ਫਿਕਰ ਵੀ ਨਹੀਂ ਕਰਦਾ। ਤੁਸੀਂ ਕਿਹਾ ਵੀ ਮੈਂ ਤਾਂ ਡੁੱਲ ਡੁੱਲ ਕੇ ਉਹਨਾਂ ਨੂੰ ਪਿਆਰ ਦੇ ਰਿਹਾ, ਪਰ ਉਹਨਾਂ ਨੇ ਇੰਨਾ ਡੁੱਲ ਡੁੱਲ ਕੇ ਪਿਆਰ ਤੁਹਾਨੂੰ ਕਿਉਂ ਨਹੀਂ ਦਿੱਤਾ? ਫਿਊਚਰ ਮੇਰੀ ਪਾਰਟੀ ਲਈ ਬ੍ਰਾਈਟ ਹੈ, ਮੈਂ ਲੜਾਂ ਜਾਂ ਨਾ ਲੜਾਂ। ਪਰ ਇਸ ਵਾਰ ਬੀਜੇਪੀ ਦਾ ਇੱਕ ਵੀ ਖਾਤਾ ਨਹੀਂ ਖੁੱਲਿਆ। ਇੱਕ ਦੇ ਨੌ ਹੋਣ, ਇੱਕ ਦਾ ਇਕੱਲਾ ਮਾਸ ਹੀ ਹੋਵੇ, ਇੱਦਾਂ ਨਹੀਂ ਨਾ ਚੱਲ। ਬੀਜ ਬੀਜਣ ਲਿਖਿਆ ਸੀ, ਮੈਂ ਇਹ ਨਹੀਂ ਕਿਹਾ ਸੀ ਐਤਕੀ ਫੁੱਲ ਖਿੜੂਗਾ ਅਗਲੀ ਵਾਰੀ ਖਿੜ ਜਾਏਗਾ। ਇੱਟ ਦਾ ਜਵਾਬ ਫੁੱਲਾਂ ਨਾਲ ਦੇਣ ਵਾਲਾ ਬੰਦਾ ਮਿਲ ਗਿਆ, ਗੁੱਸੇ ਦਾ ਜਵਾਬ ਮੁਸਕਰਾਹਟ ਨਾਲ ਮਿਲ ਗਿਆ, ਭਾਵੇਂ ਜੋ ਮਰਜ਼ੀ ਕਹੀ ਜਾਓ ਬੰਦਾ ਹੱਥ ਜੋੜਨ ਵਾਲਾ ਮਿਲ ਗਿਆ, ਤੇ ਫਿਰ ਹੋਰ ਕੀ ਚਾਹੀਦਾ। ਸਤਿ ਸ਼੍ਰੀ ਅਕਾਲ, ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬੀ ਟੀਵੀ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਗਈਆਂ ਨੇ ਤੇ ਦੋ ਸੀਟਾਂ ਇਸ ਵਾਰ ਪੂਰੀਆਂ ਚਰਚਿਤ ਰਹੀਆਂ ਨੇ ਜਿੱਥੇ ਕਿ ਆਜ਼ਾਦ ਉਮੀਦਵਾਰਾਂ ਨੇ ਜਿਹੜੀ ਬਾਜ਼ੀ ਮਾਰੀ ਹੈ। ਤੇ ਸਾਡੇ ਨਾਲ ਮੌਜੂਦ ਨੇ ਹੰਸਰਾਜ ਹੰਸੀ, ਜਿਹੜੇ ਇਹੀ ਸੀਟ ਤੋਂ ਬੀਜੇਪੀ ਨੇ ਆਪਣੇ ਉਮੀਦਵਾਰ ਐਲਾਨੇ ਸੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਵੈਲਕਮ। ਜਿੱਤ ਦਾ ਸਿਹਰਾ ਗੱਲ ਨਹੀਂ ਪਿਆ, ਫਰੀਦਕੋਟ ਸੀਟ ਤੋਂ ਇੱਕ ਆਜ਼ਾਦ ਉਮੀਦਵਾਰ ਉੱਠ ਕੇ ਬਾਜ਼ੀ ਮਾਰ ਗਿਆ, ਕਿਵੇਂ ਲੱਗ ਰਿਹਾ? ਸਭ ਤੋਂ ਪਹਿਲਾਂ ਹਲਕਾ ਫਰੀਦਕੋਟੀਆਂ ਦਾ, ਜਿਤਨੀ ਵੀ ਸੰਗਤ ਹੈ ਹਲਕਾ ਫਰੀਦਕੋਟ 'ਚ ਰਹਿੰਦੀ, ਉਹਨਾਂ ਦਾ ਕੋਟਨ ਕੋਟਨ ਧੰਨਵਾਦ, ਸਾਹ ਸਾਹ ਨਾਲ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਬਹੁਤ ਪਿਆਰ ਦਿੱਤਾ, ਜਿਨ੍ਹਾਂ ਨੇ ਵੋਟ ਦਿੱਤੀ, ਸਪੋਰਟ ਦਿੱਤੀ, ਲੰਗਰ ਖਿਲਾਏ, ਨਾਲ ਘੁੰਮੇ, ਰਾਤ ਦਿਨ ਇੱਕ ਕੀਤਾ, ਗਰੀਬ ਗੁਰਬੇ ਤੇ ਭੁੱਖਣ ਪਾਣੀ ਵਿਚਾਰੇ ਲੜਦੇ ਰਹੇ। ਸੋ ਇਸ ਕਰਕੇ ਮੈਂ ਤਾਂ ਦੇਣਾ ਹੀ ਨਹੀਂ ਦੇ ਸਕਦਾ, ਬਾਕੀ ਜਿਹੜੇ ਜਿੱਤੇ ਨੇ ਭਾਈ ਸਾਹਿਬ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਕੀ ਕਾਰਨ ਲੱਗ ਰਹੇ ਨੇ, ਕਿਉਂ ਫਰੀਦਕੋਟ ਦੇ ਲੋਕਾਂ ਨੇ ਤੁਹਾਨੂੰ ਓਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਉਹਨਾਂ ਨੂੰ ਪਿਆਰ ਦੇ ਰਹੇ ਸੀ? ਕਿਉਂਕਿ ਕਈ ਵਾਰ ਆਪਾਂ ਇੰਟਰਵਿਊ ਕੀਤਾ, ਤੁਸੀਂ ਕਿਹਾ ਵੀ ਮੈਂ ਤਾਂ ਡੁੱਲ ਡੁੱਲ ਕੇ ਉਹਨਾਂ ਨੂੰ ਪਿਆਰ ਦੇ ਰਿਹਾ, ਪਰ ਉਹਨਾਂ ਨੇ ਇੰਨਾ ਡੁੱਲ ਡੁੱਲ ਕੇ ਪਿਆਰ ਤੁਹਾਨੂੰ ਕਿਉਂ ਨਹੀਂ ਦਿੱਤਾ? ਆਸ਼ਿਕ ਦਾ ਕੰਮ ਹੈ ਇਸ਼ਕ ਕਰਨਾ, ਮੁਹੱਬਤੀ ਬੰਦੇ ਦਾ ਕੰਮ ਹੈ ਮੁਹੱਬਤ ਕਰਨਾ। ਅੱਗੋਂ ਮੁਹੱਬਤ ਮਿਲਦੀ ਨਾ ਮਿਲੇ ਉਹਦਾ ਕੰਮ ਆ ਕਿ ਕਹਿੰਦੇ ਨਾ ਭਿੱਖਿਆ ਮਿਲੇ ਨਾ ਮਿਲੇ ਅਲਖ ਜਗਾਈ ਜਾ, ਦਸਤਕ ਮੈਂ ਦਿੰਦਾ ਰਿਹਾ, ਮੁਹੱਬਤ ਕਰਦਾ ਰਿਹਾ ਤੇ ਕਰਦਾ ਰਵਾਂਗਾ। ਇੱਕ ਦਿਨ ਐਸਾ ਆਏਗਾ ਮੁਹੱਬਤ ਜ਼ਿੰਦਾਬਾਦ ਹੋ ਜਾਏਗੀ, ਅਖੀਰ ਉਹ ਤਰਸ ਕਰਕੇ ਮੈਨੂੰ ਪਿਆਰ ਕਰਨਗੇ ਕਿ ਦੇਖੋ ਅਸੀਂ ਇਹਨੂੰ ਇੰਨਾ ਤੰਗ ਕਰਦੇ ਹਾਂ, ਇਹ ਅੱਗਿਓਂ ਪਿਆਰ ਹੀ ਕਰਦਾ। ਆਈ ਹੋਪ ਕਿ ਮੁਹੱਬਤ ਇੱਕ ਦਿਨ ਰੰਗ ਲਿਆਏਗੀ। ਕੀ ਕਾਰਨ ਲੱਗਦੇ ਆ, ਕਿਉਂ ਨਹੀਂ ਲੋਕਾਂ ਨੇ ਤੁਹਾਨੂੰ ਉੱਥੋਂ ਦਿਆਂ ਨੇ ਐਕਸੈਪਟ ਕੀਤਾ? ਤੁਸੀਂ ਲਗਾਤਾਰ ਜਦੋਂ ਦੇ ਉਮੀਦਵਾਰ ਐਲਾਨੇ ਸੀ, ਤੁਸੀਂ ਫਰੀਦਕੋਟ ਚਲੇ ਗਏ, ਲਗਾਤਾਰ ਤੁਸੀਂ ਲੋਕਾਂ ਦੇ ਵਿੱਚ ਵਿਚਰ ਵੀ ਰਹੇ ਸੀ, ਕਿਸਾਨ ਲੱਗਦਾ ਹੈ ਕਾਰਨ ਨੇ ਮੇਨ ਵੀ ਤੁਸੀਂ ਤਾਂ ਨਹੀਂ ਜਿੱਤੇ? ਜੋ ਵੀ ਵਜ੍ਹਾ ਬਣੀ, ਉਹ ਸੰਗਠਨ ਜਿਹੜਾ ਹੈ, ਪਾਰਟੀ ਆ, ਜਿਹੜੇ ਚਿੰਤਨ ਕਰਨ ਦੇ ਐਕਸਪਰਟਸ ਨੇ ਉਹ ਕਰਨਗੇ। ਜੋ ਮੈਂ ਕਰ ਸਕਦਾ ਹਾਂ, ਮੈਂ ਇੱਕ ਚੀਜ਼ ਦਾ ਐਕਸਪਰਟ ਹਾਂ, ਜਾਂ ਗਾ ਸਕਦਾ ਹਾਂ ਜਾਂ ਮਾਈਕ ਵਿੱਚ ਥੋੜ੍ਹਾ ਬਹੁਤਾ ਜਿਸ ਤਰ੍ਹਾਂ ਦਾ ਮੈਨੂੰ ਆਉਂਦਾ ਬੋਲ ਸਕਦਾ ਹਾਂ। ਪੋਲੀਟੀਕਲੀ ਤਕਰੀਰ ਮੈਂ ਕੋਸ਼ਿਸ਼ ਕਰਦਾ ਹਾਂ ਦੇਣ ਦੀ, ਲੇਕਿਨ ਉਹਦੇ 'ਚ ਅਸਫਲ ਰਹਿੰਦਾ ਹਾਂ। ਫਿਰ ਮੈਂ ਇਹ ਜੀ ਸੰਗੀਤਕਾਰ ਐਜ਼ ਏ ਆਰਟਿਸਟ ਜਾਂ ਇੱਕ ਸਾਹਿਤਿਕ ਜਿਹਾ ਬੰਦਾ ਜਿਵੇਂ ਬੋਲਦਾ, ਜੋ ਮੇਰੇ ਕੋਲੋਂ ਬੋਲ ਹੁੰਦਾ ਮੈਂ ਬੋਲਦਾ ਹਾਂ। ਹਾਰ ਜਿੱਤ ਜਿਹੜੀ ਆ ਉਹ ਬਣੀ ਹੋਈ ਆ, ਉਹਦੇ ਲਈ ਚਿੰਤਨ ਬੈਠਾਂਗੇ, ਮੀਟਿੰਗ ਹੈ ਇੱਕ ਦੋ ਦਿਨ 'ਚ ਉਹ ਕਰਾਂਗੇ। ਜੋ ਮੈਨੂੰ ਮੇਰੀ ਪਾਰਟੀ ਅੱਗੋਂ ਤੋਂ ਸੁਝਾਅ ਦੇਵੇਗੀ ਜਾਂ ਲੋਕ ਦੇਣਗੇ ਉਹਨੂੰ ਮੈਂ ਅਪਣਾਵਾਂਗਾ। ਜੇ ਗੱਲ ਕਰੀਏ ਅਗਲੀਆਂ ਚੋਣਾਂ ਦੀ, ਤਾਂ ਉਸਦੇ ਲਈ ਤਿਆਰ ਹੋ? ਜੇ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਸੀਟ ਦਿੱਤੀ ਜਾਂਦੀ ਹੈ ਤਾਂ ਕੀ ਲੜੋਂਗੇ ਚੋਣਾਂ ਉੱਥੋਂ? ਮੈਂ ਫਿਲਹਾਲ, ਮੇਰੀ ਆਦਤ ਹੈ ਕਿ ਆਈ ਐਮ ਨਾਟ ਵੈਰੀ ਗੁੱਡ ਪਲੈਨਰ, ਫਿਊਚਰ ਦਾ ਮੈਂ ਬੜਾ ਫਿਕਰ ਵੀ ਨਹੀਂ ਕਰਦਾ, ਪ੍ਰੈਜੈਂਟ ਵਿੱਚ ਕੀ ਹੋ ਰਿਹਾ ਇਹਨੂੰ ਮੈਂ ਜਿਉਂਦਾ ਹਾਂ।
ਔਰ ਪ੍ਰੈਜੈਂਟ ਤੋਂ ਮੈਂ ਬੜਾ ਖੁਸ਼ ਹਾਂ, ਸੰਤੁਸ਼ਟ ਹਾਂ। ਮੇਰੀ ਔਰ ਮੇਰੀ ਪਾਰਟੀ ਦੀ ਪਰਸੈਂਟੇਜ ਬਹੁਤ ਵਧੀਆ। ਉਹਨਾਂ ਨੇ ਰਿਸਕੀ ਸੀਟ ਦਿੱਤੀ ਸੀ, ਉੱਥੇ ਆਪਾਂ ਫਾਈਟਰ ਬਣ ਕੇ ਲੜੇ, ਰਾਤ ਦਿਨ ਇੱਕ ਕੀਤਾ, ਪਰਸੈਂਟੇਜ ਪੂਰੇ ਪੰਜਾਬ 'ਚ ਵਧੀਆ। ਅੱਗੋਂ ਫਿਊਚਰ ਮੇਰੀ ਪਾਰਟੀ ਲਈ ਬ੍ਰਾਈਟ ਹੈ, ਮੈਂ ਲੜਾਂ ਜਾਂ ਨਾ ਲੜਾਂ। ਪਰ ਇਸ ਵਾਰ ਬੀਜੇਪੀ ਦਾ ਇੱਕ ਵੀ ਖਾਤਾ ਨਹੀਂ ਖੁੱਲਿਆ ਪੰਜਾਬ ਦੇ ਵਿੱਚ, ਇੱਕ ਵੀ ਸੀਟ ਬੀਜੇਪੀ ਦੇ ਹੱਥ ਨਹੀਂ ਲੱਗੀ, ਇਸ ਨੂੰ ਕਿਵੇਂ ਦੇਖਦੇ? ਮੈਂ ਉਹੀ ਅਰਜ਼ ਕੀਤੀ ਨਾ, ਜਦੋਂ ਪਰਸੈਂਟੇਜ ਵਧਣੀ ਸ਼ੁਰੂ ਹੋ ਜਾਏ ਫਿਰ ਖਾਤੇ ਪੂਰੀ ਤਰ੍ਹਾਂ ਖੁੱਲਦੇ ਹੁੰਦੇ ਤੇ ਫਿਰ ਖਜ਼ਾਨੇ ਭਰਪੂਰ ਹੋ ਜਾਂਦੇ ਹੁੰਦੇ। ਇਹ ਜ਼ਰੂਰ ਇੱਕ ਐਸਾ ਦਿਨ ਆਏਗਾ। ਹੋਰ ਵੀ ਕਈ ਸਟੇਟਸ ਵਿੱਚ ਬੀਜੇਪੀ ਨਾਲ ਇਸ ਤਰ੍ਹਾਂ ਹੋਇਆ ਸੀ, ਅੱਜ ਉੱਥੇ ਉਹਨਾਂ ਦਾ ਹੀ ਰਾਜ ਹੈ। ਇਸ ਤਰ੍ਹਾਂ ਇਹ ਪਾਰਟੀ ਹੈ, ਲੱਗੀ ਰਹਿੰਦੀ ਹੈ, ਆਪਣਾ ਕੰਮ ਕਰਦੀ ਰਹਿੰਦੀ ਹੈ। ਲੱਗਦਾ ਹੈ ਵੀ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਹੁੰਦੀ ਤਾਂ ਬੀਜੇਪੀ ਦੇ ਹੱਥ ਇੱਕ ਅੱਧੀ ਸੀਟ ਆ ਜਾਂਦੀ ਸੀ, ਕਿਉਂਕਿ ਪਹਿਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ 9 ਮਾਸ ਦਾ ਰਿਸ਼ਤਾ ਰਿਹਾ ਹੈ। ਪਰ ਇਸ ਵਾਰ ਸਾਰੀਆਂ ਪਾਰਟੀਆਂ ਅਲੱਗ ਅਲੱਗ ਲੜ ਰਹੀਆਂ ਸੀ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਨੇ ਵੀ 21 ਸੀਟ ਜਿੱਤੀ ਹੈ, ਬੀਜੇਪੀ ਦੇ ਹੱਥ ਇੱਕ ਵੀ ਸੀਟ ਨਹੀਂ ਆਈ, ਤਾਂ ਕੀ ਦੇਖਦੇ ਹੋ? ਇੱਕ ਦੇ 9 ਹੋਣ, ਇੱਕ ਦਾ ਇਕੱਲਾ ਮਾਸ ਹੀ ਹੋਵੇ, ਇੱਦਾਂ ਨਹੀਂ ਨਾ ਚੱਲਦਾ। ਜਾਂ ਤਾਂ ਦੋਨਾਂ ਦਾ ਮਾਸ ਹੋਵੇ, 9 ਵੀ ਦੋਨਾਂ ਦੇ ਹੋਣ, ਪਾਰਟੀ ਨੂੰ ਲੱਗਾ ਹੋਏਗਾ, ਪਾਰਟੀ ਦੇ ਜਿਹੜੇ ਵਰਕਰਸ ਉਹਨਾਂ ਨੂੰ ਲੱਗਾ ਹੋਏਗਾ ਕਿ ਸਾਡਾ ਤਾਂ ਇਕੱਲਾ ਮਾਸ ਹੀ ਆ, 9 ਤਾਂ ਦੂਸਰੇ ਦੇ ਆ, ਇਸ ਕਰਕੇ ਅਲੱਗ ਅਲੱਗ ਹੋ ਗਏ। ਬਾਕੀ ਜੇ ਸੱਚਾ ਪਿਆਰ ਸੀ ਉਹਨਾਂ ਦਾ, ਰੀਯੂਨੀਅਨ ਹੋਣੀ ਚਾਹੀਦੀ ਹੈ, ਮਿਲਣਾ ਚਾਹੀਦਾ, ਅਸੀਂ ਤਾਂ ਮਿਲਾਉਣ ਵਾਲਿਆਂ ਵਿੱਚ ਹੀ ਆ। ਇਹ ਪਾਰਟੀ ਨੇ ਦੇਖਣਾ, ਹਾਈ ਕਮਾਂਡ ਨੇ ਦੇਖਣਾ ਉਹਨਾਂ ਨੂੰ ਕਿਵੇਂ ਐਪਰੀਸ਼ੀਏਟ ਕਰਦੇ ਨਾ, ਉਹਨਾਂ ਨੂੰ ਕੀ ਸੂਟ ਕਰਦਾ। ਦੂਸਰੀ ਗੱਲ ਇਹ ਆ ਕਿ ਇਨ ਫਿਊਚਰ ਵੀ ਮੇਰਾ ਖਿਆਲ ਤਾਂ ਇਕੱਲਿਆਂ ਹੀ ਠੀਕ ਹੈ, ਇਕੱਲੇ ਲੜਨ ਤੋਂ ਬਿਹਤਰ ਹੈ। ਸਿੱਲੀ ਸਿੱਲੀ ਆਉਂਦੀ ਹੈ ਹਵਾ, ਮਾਲਵੇ ਚ ਕਮਲ ਦਾ ਫੁੱਲ ਖਿਲੇਗਾ, ਖਿਲਿਆ ਨੀ ਪਰ ਤੁਹਾਡਾ ਚਿਹਰਾ ਹਲੇ ਫੇਰ ਵੀ ਖਿਲਿਆ ਹੋਇਆ। ਨਹੀਂ, ਮੇਰਾ ਚਿਹਰਾ ਖਿਲੇ ਦਾ ਇਹੀ ਨਿਸ਼ਾਨੀ ਹੈ ਕਿ ਮੈਂ ਬੀਜ ਬੀਜਣ ਲਿਖਿਆ ਸੀ। ਮੈਂ ਇਹ ਨੀ ਕਿਹਾ ਸੀ ਐਤਕੀ ਫੁੱਲ ਖਿੜੂਗਾ ਅਗਲੀ ਵਾਰੀ ਖਿੜ ਜਾਏਗਾ। ਬੰਜਰ ਧਰਤੀ ਵਿੱਚ ਅਸੀਂ ਪਿਆਰ ਦਾ ਬੀਜ ਬੀਜ ਆਏ ਹਾਂ, ਇੱਕ ਦਿਨ ਵਧੇ ਫੁੱਲੇਗਾ, ਜ਼ਰੂਰ ਵਧੇ ਫੁੱਲੇਗਾ। ਕਿ ਜਿਹੜੇ ਬੰਦੇ ਜਿਨ੍ਹਾਂ ਨੇ ਵੀ ਮੁਹੱਬਤ ਦੇ ਉੱਤੇ ਕਿਤੇ ਬੀਜ ਬੀਜਿਆ, ਆਉਣ ਵਾਲੀਆਂ ਨਸਲਾਂ ਨੇ ਮਾਣਿਆ ਉਹਨਾਂ ਦਾ। ਜਿਹੜਾ ਬੀਜਦਾ ਆ ਉਹ ਜ਼ਰੂਰੀ ਥੋੜੀ ਫਲ ਖਾਂਦਾ ਹੈ, ਆਉਣ ਵਾਲੀਆਂ ਨਸਲਾਂ ਲਈ, ਆਉਣ ਵਾਲੀ ਵਰਕਰਸ ਲਈ, ਆਉਣ ਵਾਲੇ ਲੋਕਾਂ ਲਈ ਅਸੀਂ ਮੁਹੱਬਤ ਹੀ ਵੰਡ ਕੇ ਆਏ ਨਾ। ਇਹ ਤਾਂ ਨਹੀਂ ਕਹਿਣਗੇ ਲੋਕੀ ਬੜਾ ਗੁੱਸੇ ਜਿਹਾ ਵਾਲਾ ਸੀ, ਐਟੀਚਿਊਡ ਜਿਹਾ ਵਾਲਾ ਸੀ, ਨਫ਼ਰਤ ਦਾ ਜਵਾਬ ਨਫ਼ਰਤ ਨਾਲ ਦਿੰਦਾ ਸੀ, ਇੱਟ ਦਾ ਜਵਾਬ ਪੱਥਰ ਨਾਲ ਦਿੰਦਾ ਸੀ, ਇੱਟ ਦਾ ਜਵਾਬ ਫੁੱਲਾਂ ਨਾਲ ਦੇਣ ਵਾਲਾ ਬੰਦਾ ਮਿਲ ਗਿਆ, ਗੁੱਸੇ ਦਾ ਜਵਾਬ ਮੁਸਕਰਾਹਟ ਨਾਲ ਮਿਲ ਗਿਆ, ਭਾਵੇਂ ਜੋ ਮਰਜ਼ੀ ਕਹੀ ਜਾਓ ਬੰਦਾ ਹੱਥ ਜੋੜਨ ਵਾਲਾ ਮਿਲ ਗਿਆ, ਤੇ ਫਿਰ ਹੋਰ ਕੀ ਚਾਹੀਦਾ। ਧੰਨਵਾਦ ਸਰ। ਤੇ ਇਹ ਸੀ ਸਾਡੇ ਨਾਲ ਹੰਸਰਾਜ ਹੰਸ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੀਜ ਆ ਜਿਹੜਾ ਬੋ ਦਿੱਤਾ ਹੈ, ਹੌਲੀ ਹੌਲੀ ਇਸ ਨੂੰ ਫੁੱਲ ਵੀ ਜਿਹੜੇ ਨੇ ਲੱਗਣੇ ਸ਼ੁਰੂ ਹੋਣਗੇ। ਪੰਜਾਬ ਦੇ ਵਿੱਚ ਬੀਜੇਪੀ ਦੀ ਸਥਿਤੀ ਆ ਜਿਹੜੀ ਹੌਲੀ ਹੌਲੀ ਕਹਿੰਦੇ ਨੇ ਵਧੀਆ ਜ਼ਰੂਰ ਹੋਊਗੀ। ਕੈਮਰਾ ਪਰਸਨ ਅਭੇ ਦੇ ਨਾਲ ਮੈਂ ਕੀਮਤ, ਜੇਬਡੀ ਟੀਵੀ, ਜਲੰਧਰ।